ਸਮੂਥ ਉੱਡ ਰਹੇ ਹਾਂ ਬਿਲਕੁਲ ਪੰਛੀਆਂ ਦੀ ਤਰ੍ਹਾਂ। ਔਰ ਇੱਦਾਂ ਸਮਝੋ ਵੀ ਫਰ ਲੱਗੇ ਹੋਏ ਆ, ਖੰਭ ਲੱਗੇ ਹੋਏ ਆ। ਚੱਲਿਆ ਫਲਾਇੰਗ ਕਰਨ, ਅੱਜ ਵੈਦਰ ਵੂਦਰ ਠੀਕ ਹੈ, ਓਕੇ ਏਅਰਪੋਰਟ। ਪਹਿਲਾਂ ਸਾਨੂੰ ਐਂ ਸੀਗਾ ਵੀ ਮੀਂਹ ਪਊਗਾ, ਪਰ ਹੁਣ ਕਲੀਅਰ ਹੋ ਗਿਆ ਅਤੇ ਅੱਜ ਲਵਾਂਗੇ ਨਜ਼ਾਰੇ। ਵਾਹ ਲਓ ਵੀ ਟਰੈਕ ਵਾਲੀ ਜਗ੍ਹਾ ਵੀ ਬਣਾ ਤੀ ਗੁੱਡ। ਪਾਣੀ ਖੜ੍ਹਾ ਯਾਰ। ਲਓ ਜੀ ਸਾਡੇ ਸਾਥੀ ਕਲਾਕਾਰ ਪਹੁੰਚ ਚੁੱਕੇ ਨੇ। ਲਓ ਜੀ ਬਹੁਤ ਨਜ਼ਾਰਾ ਆ ਰਿਹਾ, ਸੁੰਦਰ ਨਜ਼ਾਰਾ। ਅਰੇ ਜੋ ਨਜ਼ਾਰਾ ਇੱਥੇ ਬੈਠ ਕੇ ਥੱਲੇ ਬੈਠ ਕੇ ਉਹਨਾਂ ਨੂੰ ਦੇਖਣ ਦਾ ਨਾ ਐਂਡ। ਪੈਰਾ ਮੋਟਰ ਜਾਂ ਪੈਰਾ ਗਲਾਈਡਿੰਗ, ਇਹਦਾ ਅਤਿ ਸੁੰਦਰ ਨਜ਼ਾਰਾ। ਜੇ ਹੁਣ ਤੁਸੀਂ ਮੈਨੂੰ ਇਹ ਕਹੋ ਕਿ ਕਿਵੇਂ ਤੁਸੀਂ ਦੱਸ ਸਕਦੇ ਹੋ ਵੀ ਕਿੰਨਾ ਨਜ਼ਾਰਾ ਆ ਰਿਹਾ, ਤਾਂ ਮੈਂ ਮੇਰਾ ਖਿਆਲ ਬਿਆਨ ਨਹੀਂ ਕਰ ਸਕਦਾ। ਜੇ ਤੁਸੀਂ ਇਸ ਨਜ਼ਾਰੇ ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਫਲਾਇੰਗ ਕਰਨੀ ਪਏਗੀ, ਅਤੇ ਫਿਰ ਤੁਹਾਨੂੰ ਪਤਾ ਲੱਗ ਸਕਦਾ ਵੀ ਕਿੰਨਾ ਨਜ਼ਾਰਾ ਆ ਰਿਹਾ। ਇਹ ਪੈਰਾਗਲਾਈਡਿੰਗ ਇਹੋ ਜਿਹੀ ਚੀਜ਼ ਹੈ, ਇਹਨੂੰ ਕਰਕੇ ਪਤਾ ਲੱਗਦਾ ਵੀ ਕੁਦਰਤ ਕਿੰਨੀ ਸੋਹਣੀ ਆ। ਬਹੁਤ ਸੁੰਦਰ ਨਜ਼ਾਰਾ। ਗਰਮੀ ਬਹੁਤ ਜ਼ਿਆਦਾ, ਅੱਜ ਮੌਸਮ ਠੀਕ ਆ, ਮੀਂਹ ਵਾਲਾ ਥੋੜ੍ਹਾ ਜਿਹਾ ਮੌਸਮ ਆ, ਪਰ ਇੰਨਾ ਵੀ ਨਹੀਂ ਹੈਗਾ। ਓਕੇ ਆ ਵੈਦਰ ਦੇਖ। ਤਾਂ ਉੱਪਰ ਬੱਦਲ ਕਾਫੀ ਬਣ ਚੁੱਕਿਆ, ਇਹ ਵੀ ਹੋ ਸਕਦਾ ਵੀ ਮੌਸਮ ਖਰਾਬ ਹੋ ਜਾਏ। ਤਾਂ ਜੇ ਆਪਾਂ ਨੂੰ ਲੱਗਿਆ ਕਿ ਮੌਸਮ ਖਰਾਬ ਹੋ ਰਿਹਾ ਤਾਂ ਫਿਰ ਆਪਾਂ ਨੂੰ ਨਾਲ ਦੀ ਨਾਲ ਲੈਂਡਿੰਗ ਕਰਨੀ ਪੈਣੀ ਆ। ਪਰ ਫਿਲਹਾਲ ਹਜੇ ਆਪਾਂ ਦੇਖਦੇ ਹਾਂ, ਵੈਦਰ ਚੈੱਕ ਕਰ ਲੈਂਦੇ ਹਾਂ ਕਿੱਧਰ ਚਲੇ ਗਏ। ਲੱਗਦਾ ਉੱਦਣ ਵਾਂਗੂ ਕਹੇ ਭੱਠੇ ਭੁੱਠੇ ਉੱਪਰ ਗਏ ਆ, ਫਿਰ ਉੱਧਰ ਦੂਰ ਭੱਠੇ ਆ। ਇਹ ਨੇ ਸਾਡੇ ਇੱਟਾਂ ਵਾਲੇ ਭੱਠੇ।
हाँ जी, हम इधर च बैठे हैं, इधर च। दर्शन जशन किधर गया? जशन भाई, जशन भाई पता नहीं, देख नहीं रहा मैनू, इधर ही होना थोड़े वाली साइड ही आ। ओ यार लाइट बहुत सोहनी है, लाइट देख रही है, बड़ी घेंट। तुसी तो बहुत दूर देख रहे हो मिथों, मैं देख ही नहीं रहे। इधर आह दरख्त जो है ना तो बहुत परे फिरते हो, बहुत छोटे छोटे देखते हो। ये चौने ही नहीं एड्डी दूरों, मैनू छोटे छोटे दिख रहे हैं, कैमरा च की दिखना। आहो नेड़े हूं ना मैं, आ गया नेड़े बस। अरे अरे हूँ इधर आ जाओ, आ जाओ लागे देख, लागे देख, आ जाओ राइट। इस टाइम मैं सुखदर्शन हैगा जी 2504 फुट, एक फुट 2500 फुट। लो जी बहुत ही सुंदर नज़ारा, इतों 2500-2400 फुट की हाइट से आप है इस टाइम, बिल्कुल समूथ उड़ रहे हैं, बिल्कुल पंछियों की तरह। और इदा समझो भी फर लगे हुए हैं, खंभ लगे हुए हैं। आवा मेरा सब तो वाला खंभ है मेरा आई टी वी के ग्लाइडर बहुत सोहने हैं, बहुत वधिया है भाई। आ बदल के बच्चे ही हूँ मैं, धुंद आ इतने पूरी ज्यादा, ठंडी ठंडी हवा, धुंद। देख सकते हो पंछी, वाह। इन्हें कहते बगले, इन्हें जी बगले। थोड़ा जा नज़ारा आप इन्होंने भी लेने, वैसे तो डिस्टर्ब नहीं करना चाहिए क्योंकि ये बेचारे डर जाते हैं ना, पर इन्हों की फ्लाइंग बहुत अच्छी है, तुम देख सकते हो। वाह, खिंड गए ने थोड़े थोड़े, डरते ने, डर जाते हैं। ਕਿਵੇਂ ਰਹੇ? ਬਹੁਤ ਹੀ ਜ਼ਿਆਦਾ ਵਧੀਆ, ਬਹੁਤ ਉੱਚੇ ਚਲੇ ਗਏ ਤੁਸੀਂ। ਖਤਰਨਾਕ ਕਿਆ ਫਲਾਈਟ ਸੀ ਅੱਜ, ਇੱਕ ਟਾਈਮ ਤੋਂ ਉੱਤੇ ਚੱਲ ਗਿਆ ਸੀ ਬੱਦਲਾਂ ਦੇ, ਦੇਖਿਆ ਸੀਗਾ ਹਾਂ, ਦਿਖਣੋਂ ਹਟ ਗਏ ਤੁਸੀਂ, ਵਿੱਚੋਂ ਆਇਆ ਫਿਰ ਬੱਦਲਾਂ ਤੋਂ ਘੁੰਮ ਕੇ, ਕਿਆ ਮਜ਼ਾ ਆਇਆ, ਬਹੁਤ ਘੈਂਟ। ਹੋਰ ਜੀ ਕਰਨਾ ਸੀਗਾ, ਹਾਂ ਜੀ ਨਹੀਂ ਪੈਣਾ ਸ਼ੁਰੂ ਹੋ ਗਿਆ। ਬਹੁਤ ਵਧੀਆ, wow,
ਐਵੇਂ ਹੋ ਕਰਿਆ ਇਹ ਬੱਦਲਾਂ ਨੂੰ ਟੱਚ? ਯੈਸ, ਬਹੁਤ ਨਜ਼ਾਰਾ ਉੱਤੇ ਥੱਲੇ ਬੱਦਲ ਦਿਖਦੇ ਸੀ। ਉਹ ਬੱਦਲ ਥੋੜ੍ਹੇ ਜਿਹੇ ਜ਼ਿਆਦਾ ਉੱਚੇ, ਉਹਨਾਂ ਤੋਂ ਨੀਚੇ ਵਾਲੇ ਜਿਹੜੇ ਉਹ ਬਲੈਕ ਦਿਖਦੇ ਆ। ਹਾਂ, ਉਹ ਬੱਦਲਾਂ 'ਚ ਜਾ ਕੇ ਆਏ ਆ। ਮੈਂ ਦੇਖਿਆ ਹੀ ਦੇਖਣਾ ਹਟ ਗਏ ਸੀ ਉਹ 'ਚ। ਉਹ ਵੀ ਮੈਂ ਕਿਹਾ ਬਹੁਤ ਨਜ਼ਾਰਾ ਆਉਂਦਾ। ਕਿਆ ਬਾਤ ਹੈ, ਅੱਜ ਵੈਦਰ ਬਾਹਲਾ ਵਧੀਆ ਸੀ। ਬਿਸਕਿਟ ਬਿਸਕਿਟ ਆਪਣੇ ਕੋਲ ਆ, ਸਮਾਨ ਆਪਣੇ ਕੋਲ ਆ, ਅਤੇ ਕੀ ਹੁੰਦਾ ਉਹ ਚੁੱਲ੍ਹਾ ਜਿਹੜਾ, ਮਤਲਬ ਰਾਈਡ 'ਤੇ ਲੈ ਕੇ ਜਾਂਦੇ ਬਣਾਉਣ ਲਈ, ਬਰਨਰ ਬਰਨਰ ਆਪਣੇ ਕੋਲ ਆ। ਮੈਗੀ ਵਾਧੂ ਹੈਗੀ ਆ, ਗਰਮ ਪਾਣੀ ਕਰਕੇ ਮੈਗੀ ਪਾਉਣਾ, ਓਕੇ ਆ, ਰੈਡੀ ਆ। ਕੌਫੀ ਆ, ਦੁੱਧ ਦੇ ਪਾਊਚ ਵੀ ਹੈਗੇ ਆ, ਸ਼ੂਗਰ ਲਾਈਕ, ਮਤਲਬ ਐਵਰੀਥਿੰਗ ਇਜ਼ ਯੂ ਨੋ। ਹੁਣ ਦੇ ਗੇੜਾ ਕੱਢ ਕੇ ਮੈਂ ਦਿਖਾਉਣਾ ਤੁਹਾਨੂੰ ਫਿਰ ਦੁਬਾਰਾ। ਓਕੇ, ਤੂੰ ਪਟੋਲਾ ਬਣ ਕੇ ਰਿਹਾ ਕਰ ਬਸ ਥੋੜਾ ਪਣ ਠਣ ਕੇ, ਨਹੀਂ ਆਪੇ ਪਿੱਪਣਾ ਤੁਹਾਡਾ ਦੂ ਜੱਟ ਮੋਰ ਜੱਟੀਏ। ਫਲਾਈ ਕਰਕੇ ਗਲਾ ਗੋਲਾ ਵੀ ਸੱਟ ਹੋ ਜਾਂਦਾ। ਜੱਟੀਏ ਮੋਰ ਜੱਟੀਏ ਉਹ